ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਰਿਸ਼ੀ ਬਾਜ਼ਾਰ ਗੁਰਾਇਆਂ ਦੇ ਦੁਕਾਨਦਾਰਾਂ ਵੱਲੋਂ ਇੱਕ ਚੋਣ ਜਲਸਾ ਕੀਤਾ ਗਿਆ, ਜਿਸ ਵਿੱਚ ਹਲਕਾ ਫਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਰਿੰਕੂ ਅਟਵਾਲ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਉਹਨਾਂ ਸਮੂਹ ਹਲਕਾ ਵਾਸੀਆਂ ਨੂੰ 19 ਮਈ ਵਾਲੇ ਦਿਨ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਜਤਿੰਦਰਜੀਤ ਸਿੰਘ ਨਰੂਲਾ, ਵਿਪਨ ਆਨੰਦ, ਰਾਜਨ ਮੱਕੜ, ਅਮਰਜੀਤ ਅਮਰੀ, ਰਾਜਿੰਦਰ ਗੋਇਲ, ਚੰਦਰ ਮੋਹਨ ਗੋਲਡੀ, ਸਤੀਸ਼ ਕੁਮਾਰ, ਹਰਦੀਪ ਤਿਵਾੜੀ, ਬਾਬਾ ਗੁਰਮੀਤ ਸਿੰਘ, ਸੁਰਿੰਦਰ ਸਿੰਘ ਕਟੌੜਾ, ਹਰਮਿੰਦਰਪਾਲ ਸਿੰਘ, ਕੌਂਸਲਰ ਹਰਮੇਸ਼ ਲਾਲ, ਸੁਦੇਸ਼ ਕੁਮਾਰ ਬਿੱਲਾ, ਮੁਖਤਿਆਰ ਸਿੰਘ ਹੀਰ, ਜੀਵਨ ਸੱਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਵਰਕਰ ਮੌਜੂਦ ਸਨ। ਸਵੇਰ ਤੋਂ ਹੀ ਮੀਟਿੰਗਾਂ ਕਰਨ ਤੋਂ ਬਾਅਦ ਗੁਰਾਇਆਂ ਸ਼ਹਿਰ ਦੇ ਵਿੱਚ ਇਸ ਬੂਥ ਦੇ ਵਿੱਚ ਜਿਹੜਾ ਹੈਗਾ ਉਹ ਮੀਟਿੰਗ ਕੀਤੀ ਹੈ। ਬੜਾ ਵੱਡੇ ਚੋਣ ਜਲਸੇ ਜਿਹੜੇ ਹੈਗੇ ਗੁਰਾਇਆਂ ਔਰ ਫਲੌਰ ਦੇ ਵਿੱਚ ਅੱਜ ਕੀਤੇ ਆ, ਪਰ ਮੈਂ ਸਮਝਦਾ ਵੀ ਜਿਹੜੇ ਖਾਸ ਕਰਕੇ ਜਿੱਥੇ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਤੋਂ ਦੁਖੀ ਹੈ, ਉੱਥੇ ਹਲਕਾ ਫਲੌਰ ਦੇ ਜਿਹੜੇ ਲੋਕ ਹੈ ਉਹ ਡਾਢੇ ਦੁਖੀ ਹੈ। ਇੱਕ ਤਾਂ ਇਹ ਆ ਵੀ ਕਾਂਗਰਸ ਨੇ ਜਿਹੜੇ 2.5 ਸਾਲ ਪਹਿਲਾਂ ਵਾਅਦੇ ਕੀਤੇ ਆ, ਚਾਹੇ ਉਹ 500 ਪੈਨਸ਼ਨ ਤੋਂ 2500 ਪੈਨਸ਼ਨ ਕਰਨ ਦਾ, ਚਾਹੇ ਉਹਦੇ ਵਿੱਚ ਜਿਹੜਾ ਨੀਲੇ ਕਾਰਡਾਂ 'ਤੇ ਕਣਕ ਦੇ ਨਾਲ ਘਿਓ ਖੰਡ ਅਤੇ ਚਾਹ ਪੱਤੀ ਦੇਣ ਦਾ, ਚਾਹੇ ਘਰ ਘਰ ਨੌਕਰੀ ਦਾ, ਚਾਹੇ 90,000 ਕਰੋੜ ਦੇ ਪੂਰਨ ਕਰਜ਼ਾ ਮਾਫੀ ਦਾ, ਇੱਕ ਵੀ ਗੱਲ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਪੂਰੀ ਟੀਮ, ਉਹਨਾਂ ਦੀ ਕੈਬਨਿਟ, ਉਹਨਾਂ ਦੇ MLA ਉਹ ਨਹੀਂ ਖਰੇ ਉਤਰੇ। ਅਤੇ ਹੁਣ ਪੰਜਾਬ ਦੀ ਆਵਾਮ, ਖਾਸ ਕਰਕੇ ਜਿਹੜਾ ਹੈਗਾ ਜ਼ਿਲ੍ਹਾ ਜਲੰਧਰ ਦੇ ਲੋਕ, ਤਬਦੀਲੀ ਚਾਹੁੰਦੇ ਆ, ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਆ। ਇਹਦੇ ਲਈ ਬਹੁਤ ਵੱਡਾ, ਮੇਰੇ ਅਕੋਰਡਿੰਗ, ਮੈਂ ਇੰਨਾ ਉਤਸ਼ਾਹ ਅੱਜ ਤੱਕ ਕਦੀ ਲੋਕਾਂ ਦੇ ਵਿੱਚ ਨਹੀਂ ਦੇਖਿਆ ਜਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਇਸ ਵਾਰ ਹੈ। ਔਰ ਸਭ ਤੋਂ ਵੱਡੀ ਗੱਲ, ਲੋਕ ਨਰਿੰਦਰ ਮੋਦੀ ਜੀ ਨੂੰ ਦੇਸ਼ ਦਾ ਪ੍ਰਾਈਮ ਮਿਨਿਸਟਰ ਫਿਰ ਦੁਬਾਰਾ ਤੋਂ ਦੇਖਣਾ ਚਾਹੁੰਦੇ ਆ। ਮੈਂ ਹਲਕਾ ਫਲੌਰ ਦੇ ਲੋਕਾਂ ਨੂੰ ਔਰ ਜ਼ਿਲ੍ਹਾ ਜਲੰਧਰ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਚਰਨਜੀਤ ਸਿੰਘ ਜੀ ਅਟਵਾਲ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਹੈ, ਉਹ ਇੱਥੋਂ ਇਲੈਕਸ਼ਨ ਆਪਣੇ ਲੜ ਰਹੇ ਆ। 19 ਤਰੀਕ ਨੂੰ ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਹੈ, ਅਤੇ ਤੱਕੜੀ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਆਪਾਂ ਇੱਥੋਂ ਜਿਤਾਈਏ, ਤਾਂ ਕਿ ਆਪਾਂ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਵਾ ਸਕੀਏ। ਸਾਰਿਆਂ ਦਾ ਧੰਨਵਾਦ। ਇਹੀ ਅਪੀਲ ਕਿ 19 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਡਾਕਟਰ ਚਰਨਜੀਤ ਸਿੰਘ ਅਟਵਾਲ ਨੂੰ ਜਿਤਾਓ। ਅੱਜ ਰਿਸ਼ੀ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਹੋਰ ਇਲਾਕੇ ਦੇ ਵਸਨੀਕਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਚੋਣ ਹੋਰ ਜਾ ਰਹੀ ਆ ਲੋਕ ਸਭਾ ਦੇ ਵਿੱਚ, ਉਹਦੇ ਲਈ ਅੱਜ ਮੀਟਿੰਗ ਰੱਖੀ ਸੀਗੀ ਦੁਕਾਨਦਾਰਾਂ ਨੇ, ਜਿਹਦੇ ਵਿੱਚ ਸਰਦਾਰ ਚਰਨਜੀਤ ਸਿੰਘ ਅਟਵਾਲ ਜੀ ਦੇ ਬੇਟੇ ਜਸਜੀਤ ਸਿੰਘ ਜੀ ਵਿਸ਼ੇਸ਼ ਤੌਰ 'ਤੇ, ਅਤੇ ਸਰਦਾਰ ਬਲਦੇਵ ਸਿੰਘ ਖਹਿਰਾ ਜੀ MLA ਫਲੌਰ ਹਲਕਾ ਉਚੇਚੇ ਤੌਰ 'ਤੇ ਇੱਥੇ ਪਧਾਰੇ। ਉਹਨਾਂ ਨੇ ਨਗਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਅਤੇ ਦੁਕਾਨਦਾਰਾਂ ਭਰਾਵਾਂ ਨੇ ਆਪਣੀਆਂ ਸਮੱਸਿਆਵਾਂ ਉਹਨਾਂ ਰੱਖੀਆਂ, ਅਤੇ ਉਹਨਾਂ ਨੇ ਇਹੀ ਤੁਹਾਨੂੰ ਸਾਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਿੱਤੇ ਜਾਣਗੇ ਅਟਵਾਲ ਸਾਹਿਬ ਲੋਕ ਸਭਾ ਚੱਲ ਜਾਣਗੇ, ਜਿੰਨੀਆਂ ਗ੍ਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ, ਚਾਹੇ ਉਹ ਫਲਾਈਓਵਰ ਦੀ ਮੰਗ ਹੋਵੇ, ਚਾਹੇ ਉਹ ਅੰਡਰ ਬਾਈਪਾਸ ਦੀ ਗੱਲ ਹੋਵੇ, ਚਾਹੇ ਹੋਰ ਜਿਹੜਾ ਕੇਂਦਰ ਸਰਕਾਰ ਦਾ ਵੱਡਾ ਪ੍ਰੋਜੈਕਟ ਹੋਵੇ, ਇਹਨਾਂ ਦੁਕਾਨਦਾਰਾਂ ਨਾਲ ਵਾਅਦਾ ਕਰਕੇ ਗਏ ਆ ਉਹਨੂੰ ਪੂਰਾ ਕੀਤਾ ਜਾਊਗਾ। ਅਤੇ ਦੁਕਾਨਦਾਰਾਂ ਨੇ ਅਤੇ ਸਮੂਹ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਆਉਣ ਵਾਲੀ 19 ਤਰੀਕ ਨੂੰ ਇੱਕ ਇੱਕ ਆਪਣਾ ਕੀਮਤੀ ਵੋਟ ਤੱਕੜੀ ਦੇ ਨਿਸ਼ਾਨ 'ਤੇ ਬਟਨ ਦਬਾ ਕੇ ਪਾਇਆ ਜਾਊਗਾ। ਅਸੀਂ ਵੋਟਾਂ ਨਾਲ ਪਵਾਵਾਂਗੇ ਵੀ, ਆਪਣੀਆਂ ਪਾਵਾਂਗੇ, ਅਤੇ ਉਹਨਾਂ ਨੂੰ ਬਹੁਤ ਵੱਡੇ ਮਾਰਜਨ ਨਾਲ ਜਿਤਾ ਕੇ ਉਸ ਲੋਕ ਸਭਾ ਅੰਦਰ ਭੇਜਿਆ ਜਾਵੇਗਾ, ਤਾਂ ਜੋ ਗ੍ਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਮੈਂ ਇੱਕ ਵਾਰੀ ਸਾਰੇ ਸਮੂਹ
ਰਿਸ਼ੀ ਬਾਜ਼ਾਰ ਦੇ ਦੁਕਾਨਦਾਰ ਰਮੇਸ਼ ਅੰਕਲ ਜੀ ਦਾ, ਮਾਟਾ ਜੀ ਦਾ, ਵਿਵੇਕ ਬਿੱਟਾ ਜੀ ਦਾ, ਬਹਾਦਰ ਸਿੰਘ ਜੀ ਦਾ, ਨਰੂਲਾ ਜੀ ਦਾ, ਕੀਮਤੀ ਲਾਲ ਜੀ ਦਾ ਅਤੇ ਹੋਰ ਜਿੰਨੇ ਵੀ ਇੱਥੇ ਮੇਰੇ ਸਾਥੀ ਗੇਰਾ ਸਾਹਿਬ ਖੜ੍ਹੇ ਆ, ਆ ਡੇਨੀ ਭਾਅ ਜੀ ਖੜ੍ਹੇ ਆ, ਰਮੇਸ਼ ਜੀ ਖੜ੍ਹੇ ਆ, ਜਿੰਨੇ ਵੀ ਇੱਥੇ ਸਾਥੀ ਆਏ, ਹੋਰ ਬਹੁਤ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਹਨੇ ਵੀ ਇੱਥੇ ਆ ਕੇ ਆਪਣੀ ਹਾਜ਼ਰੀ ਲਗਵਾਈ। ਅਤੇ ਮੈਂ ਇੱਕ ਵਾਰੀ ਫਿਰ ਬੇਨਤੀ ਕਰਦਾ ਆਉਣ ਵਾਲੀ 19 ਤਰੀਕ ਨੂੰ ਆਪਾਂ ਇੱਕ ਕੀਮਤੀ ਵੋਟ ਤਕੜੀ ਦੇ ਨਿਸ਼ਾਨ 'ਤੇ ਪਾ ਕੇ ਅਟਵਾਲ ਜੀ ਨੂੰ ਕਾਮਯਾਬ ਕਰੀਏ, ਤਾਂ ਜੋ ਗ੍ਰਾਂ ਦੇ ਵਿੱਚ ਆਪਾਂ ਤਰੱਕੀ ਦੀ ਲਹਿਰ ਲਿਆ ਸਕੀਏ।